ਓ ਮੈਂ ਕਿਹਾ ਓ ਸਿਰ ਦੀਆਂ ਜੂਆਂ ਖਤਮ ਹੋ ਗਈਆਂ ਤੇ ਚਾਹ ਦਾ ਘੁੱਟ ਮਿਲ ਜਾਊ। ਇੰਨੀ ਚਾਹ ਪੀਣਾ ਸੁਸਤੀ ਤੇ ਤੇਰੀ ਲੈਂਦੀ ਨਹੀਂ। ਬੱਲੇ ਆ ਸੁਸਤੀ ਲੱਥੀ ਆ ਤੇ ਅੱਗੋਂ ਚਾਹ ਮੰਗੀ ਤੇਰੇ ਕੋਲੋਂ ਤੇ ਜਿਹੜੀ ਸਵੇਰੇ ਪੀਤੀ ਆ ਓ ਬੜੀ ਚਾਹ ਸੀ। ਓ ਭੋਰਾ ਦੁੱਧ ਦਾ ਘੁੱਟ ਤੇ ਪਾ ਲਿਆ ਕਰ। 100 ਰੁਪਏ ਕਿਲੋ ਦੁੱਧ ਵਾ ਇੱਥੇ ਬੜਾ ਬੂਰੀ ਬੰਨੀ ਆ। ਇੰਨੀ ਮਹਿੰਗਾਈ ਆ ਕਹਿੰਦੀ ਬੂਰੀ ਬੰਨੀ ਆ। ਓ ਮੈਂ ਕਦੀ ਗੁੱਟ ਤੇ ਘੜੀ ਨਹੀਂ ਬੰਨੀ ਤੇ ਨਾਲੇ ਮੈਂ ਤੁਹਾਡੇ ਨਾਲ ਨਾਰਾਜ਼ ਆ। ਮੇਰੀ ਸਮੁੰਦਰੀ ਵਾਲੀ ਭੈਣ ਉਹਦੇ 8 ਬੱਚੇ ਤੇ ਮੇਰੇ ਝੁੰਗੇ ਚੋਂ 4। ਓ ਕੀ ਹੋਇਆ ਗੁਲਿਆ? ਓ 4 ਹੀ ਬੱਚੇ ਸਹੀ ਨੇ, ਬੱਚੇ 4 ਬਥੇਰੇ ਨੇ, ਅਸਾਂ ਪਾਉਣਾ ਨਹੀਂ ਖਲਾਰਾ। ਬੱਚੇ 4 ਬਥੇਰੇ ਨੇ, ਅਸਾਂ ਪਾਉਣਾ ਨਹੀਂ ਖਲਾਰਾ। ਕਦੀ ਕਦੀ ਕੰਮ ਮੇਰਾ ਲੱਗਦਾ ਨਹੀਂ, ਸਾਰਾ ਦਿਨ ਚੁੱਲ੍ਹਾ ਬਲਦਾ ਨਹੀਂ, ਸੁਬਾਹ ਤੋਂ ਸ਼ਾਮ ਤਾਈਂ ਮਰਦਾ ਭੁੱਖਾ ਟੱਬਰ ਸਾਰਾ। ਬੱਚੇ 4 ਬਥੇਰੇ ਨੇ, ਅਸਾਂ ਪਾਉਣਾ ਨਹੀਂ ਖਲਾਰਾ। ਤੇ ਜਾ ਮਰ ਕਿਤੇ ਕੰਮ ਤੇ। ਓ ਕਿਤੇ ਕੰਮ ਤੇ ਚਲ ਜਾਵਾਂ, ਹਰ ਪਾਸੇ ਤੇ ਕੰਮ ਬਣਦਾ। ਓ ਕਿਉਂ? ਮਿਹਰਬਾਨੀਆਂ ਨੇ ਸਰਕਾਰ ਦੀਆਂ, ਖਾਲੀ ਨੇ ਬਥੇਰੇ ਯਾਰ ਦੀਆਂ, ਹਾਂਡੀ ਰੋਟੀ ਨੇ ਪਾਇਆ ਸਾਡੇ ਗੱਲ ਪਵਾਣਾ। ਬੱਚੇ 4 ਬਥੇਰੇ ਨੇ, ਅਸਾਂ ਪਾਉਣਾ ਨਹੀਂ ਖਲਾਰਾ। ਪਿੰਡ ਦੇ ਲੰਬੜਦਾਰ ਵੱਲੋਂ ਐਲਾਨ ਕੀਤਾ ਜਾਂਦਾ ਹੈ, ਪਿੰਡ ਦੇ ਵਿੱਚ ਜਿਸ ਬੰਦੇ ਦੇ 6 ਬੱਚੇ ਨੇ, ਪਿੰਡ ਦਾ ਲੰਬੜਦਾਰ ਉਸ ਬੰਦੇ ਨੂੰ 5,00,000 ਰੁਪਇਆ ਇਨਾਮ ਦੇਵੇਗਾ। ਮੈਂ ਵੇਖਿਆ ਨਾ ਕਮਿਆ, ਐਸੇ ਲਈ ਮੈਂ ਤੈਨੂੰ ਕਹਿੰਦੀ ਸੀ ਕਿਸੇ ਕੰਮ ਦਾ ਨਹੀਂ ਤੂੰ, ਇਹ ਕਿਹੜਾ ਐਲਾਨ ਹੋਇਆ ਈ? ਮੈਂ ਸੁਣਿਆ ਹੀ ਨਾ ਕਮਿਆ, ਮੈਂ ਤੇਰਾ ਬੇੜਾ ਗਰਕ ਜਾਵੇ ਤੈਨੂੰ ਆਵੇ ਕਿਸੇ ਦੀ ਆਈ ਵੀ ਅੱਜ ਜੇ ਮੇਰੇ ਵੀ 6 ਬੱਚੇ ਹੁੰਦੇ ਤੇ ਮੈਂ ਪਿੰਡ ਦੇ ਲੰਬੜਦਾਰ ਕੋ 5,00,000 ਨਾ ਵਸੂਲ ਕਰਦੀ। ਮੇਰੇ ਤੇ ਨਸੀਬ ਹੀ ਸੜ ਗਏ। ਓ ਮੁਸਤਾਰਾ, ਰੋਣਾ ਧੋਣਾ ਬੰਦ ਕਰ, ਨਾਲੇ ਮੇਰੀ ਗੱਲ ਸੁਣ। ਮੇਰੀ ਗੱਲ ਦਾ ਗੁੱਸਾ ਤੇ ਨਾ ਕਰੇਂਗੀ? ਉਹ ਅਸਲ ਦੇ ਵਿੱਚ ਨਾ ਇੱਕ ਬਾਹਰ ਔਰਤ ਨਾਲ ਮੇਰਾ ਚੱਕਰ ਚੱਲਦਾ ਤੇ 2 ਬੱਚੇ ਆ ਮੇਰੇ ਉਹਦੇ ਚ। ਓਏ ਮੈਂ ਮਰ ਜਾ। ਓ ਨਹੀਂ ਨਹੀਂ ਕੁਝ ਨਹੀਂ ਹੁੰਦਾ, ਗੱਲ ਸੁਣ। ਆਪਾਂ ਉਹ 2 ਬੱਚੇ ਲੈ ਕੇ ਆਉਂਦੇ ਆ, 6 ਬੱਚੇ ਨੰਬਰਦਾਰ ਨੂੰ ਦਿਖਾ ਕੇ ਤੇ ਰੁਪਇਆ 5,00,000 ਕੋ ਫੜਦੇ ਆ। ਐਵੇਂ ਟੈਨਸ਼ਨਾਂ ਲੈਣ ਦੇ ਆ ਤੂੰ? ਅਦਰਾ ਤੂੰ ਇਦਾਂ ਕਰ, ਆ ਮੇਰੇ 4 ਬੱਚਿਆਂ ਨੂੰ ਜ਼ਰਾ ਨਵਾ ਧਵਾ ਕੇ ਫਰੈਸ਼ ਕਰ ਤੇ ਮੈਂ ਉਹ 2 ਬੱਚੇ ਲੈ ਕੇ ਆਉਂਦਾ। ਤੂੰ ਐਲਾਨ ਕੱਲੇ ਨੇ ਸੁਣਿਆ?